ਰਸ਼ ਆ, ਬਹੁਤ ਜ਼ਿਆਦਾ ਰਸ਼ ਆ। ਇੱਧਰ ਵੀ ਸਾਰੀਆਂ ਕਾਰਾਂ ਖੜੀਆਂ। ਆ ਵਾਲਾ ਸਕੂਲ ਚੰਗਾ ਡੈਡੀ ਜੀ ਬਾਏ। ਮਿੱਤਰੋ ਕੀ ਹਾਲ ਚਾਲ ਹੈ, ਕਰਦੇ ਹਾਂ ਨਵੇਂ ਵੀਡੀਓ ਦੀ ਸ਼ੁਰੂਆਤ। ਅਤੇ ਤੁਹਾਨੂੰ ਪਤਾ ਜਿਵੇਂ ਆਪਾਂ ਅੰਮ੍ਰਿਤਸਰ ਆਏ ਹੋਏ ਹਾਂ, ਹੈ ਨਾ, ਮੇਰਾ ਪੇਪਰ ਅੱਜ। ਅਤੇ ਚਲੋ ਆਪਾਂ, ਟਾਈਮ ਹੋ ਗਿਆ ਸਵੇਰ ਦੇ 7:00, ਅਤੇ 8:00 ਦਾ ਰਿਪੋਰਟਿੰਗ ਟਾਈਮ ਆ, ਅਤੇ ਆਪਾਂ ਬਿਲਕੁਲ ਤਿਆਰ ਹਾਂ। ਅਤੇ ਚਲੋ ਚੱਲੀਏ ਪੇਪਰ ਦੇ। ਚੱਲ ਚੰਗਾ। ਚੰਗਾ ਡੈਡੀ ਜੀ ਬਾਏ। ਅਤੇ ਮਾਸਕ ਆਪਾਂ ਲੈ ਲਏ, ਅਤੇ ਗਾਉਣ ਵੀ ਲੈ ਲਈ। ਚਲੋ ਚੱਲ। ਅਤੇ ਅੱਜ ਜਾਣਾ ਆਪਾਂ ਡੈਡੀ ਵਾਲੀ ਗੱਡੀ, ਅਤੇ ਮੇਰੇ ਵਾਲੀ ਉੱਧਰ ਖੜ੍ਹੀ ਆ, ਅਤੇ ਡੈਡੀ ਵਾਲੇ 'ਤੇ ਚੱਲਦੇ ਹਾਂ। ਬਹੁਤ ਲੇਟ ਹੋ ਗਏ। ਗਰਮੀ ਘਰੋਂ, ਆਪਾਂ ਘਰੋਂ ਆਪਾਂ ਨਿਕਲ ਗਏ, ਅਤੇ ਬਹੁਤ ਟੈਨਸ਼ਨ ਜੀ ਵੀ ਆ, ਹੈ ਨਾ, ਪੇਪਰ ਦੀ। ਅਤੇ ਚਲੋ ਚੱਲਦੇ ਹਾਂ। ਆ ਨਾਲ ਬਾਬਾ ਜੀ ਦੀ ਸਮਾਧ ਆ। ਅਤੇ ਹਾਂਜੀ ਦੋਸਤੋ, ਟਾਈਮ ਹੋ ਗਿਆ 7:12, ਅਤੇ ਆਪਾਂ ਹੁਣ ਘਰੋਂ ਨਿਕਲ ਗਏ। ਅਤੇ ਸੱਚੀ ਦੱਸਾਂ, ਮੈਨੂੰ ਇੰਨੀ ਕੁ ਜ਼ਿਆਦਾ ਕਾਹਲੀ ਆ, ਅਤੇ ਇੰਨਾ ਕੁ ਜ਼ਿਆਦਾ ਮਨ ਦੇ ਵਿੱਚ ਹੈਗਾ ਇਹਨਾਂ ਜਾ ਕੇ ਪੇਪਰ ਦੇਵਾਂ, ਅਤੇ ਮੈਨੂੰ ਐਂ ਟੈਨਸ਼ਨ ਵੀ ਆ ਵੀ ਕਿਤੇ ਮੈਂ ਕੋਈ ਚੀਜ਼ ਭੁੱਲ ਵੀ ਨਾ ਜਾਵਾਂ। ਅਤੇ ਤੁਹਾਨੂੰ ਹੁਣ ਮੈਂ ਮਿਲਦਾ ਵਾਂ ਸਿੱਧਾ ਸੈਂਟਰ ਕੋਲ ਜਾ ਕੇ, ਕਿਉਂਕਿ ਮੇਰੇ ਕੋਲ ਸਿਰਫ਼ ਅਤੇ ਸਿਰਫ਼ 30 ਮਿੰਟ ਹੈਗੇ ਆ, ਸੋਰੀ 50 ਮਿੰਟ ਹੈਗੇ ਆ ਉੱਥੇ ਪਹੁੰਚਣ ਲਈ। 8:00 ਜਿਹੜਾ ਹੈਗਾ ਰਿਪੋਰਟਿੰਗ ਟਾਈਮ ਆ, ਅਤੇ ਮੈਂ ਹੁਣ ਸੜਕ ਵੱਲ ਦੇ ਲਾ ਤਿਆਰ, ਕਿਉਂਕਿ ਇੱਥੋਂ ਮੈਂ ਜਾਣਾ ਹਲੇ 40 ਕਿਲੋਮੀਟਰ। ਅਤੇ 40 ਕਿਲੋਮੀਟਰ ਜਾ ਕੇ ਫਿਰ ਆਪਾਂ ਉੱਥੇ ਸੈਂਟਰ ਵੀ ਵੇਖਣਾ ਆਪਣਾ ਕਿਹੜੇ ਸਾਈਡ ਆ, ਗੂਗਲ ਮੈਪ 'ਤੇ ਲਾ ਕੇ। ਅਤੇ ਮੈਨੂੰ ਦਿਓ ਇਜਾਜ਼ਤ, ਤੁਹਾਨੂੰ ਮੈਂ ਮਿਲਦਾ ਵਾ ਰੋਕ ਕੇ। ਅਤੇ ਜਿਹੜਾ ਫਾਈਨਲ ਆਪਾਂ ਆਪਦੀ ਡੈਸਟੀਨੇਸ਼ਨ 'ਤੇ ਆ ਗਏ ਹਾਂ, ਅਤੇ ਫਾਈਨਲ ਆਪਾਂ ਆਪਦੀ ਡੈਸਟੀਨੇਸ਼ਨ 'ਤੇ ਆ ਗਏ ਹਾਂ। ਅਤੇ ਬੱਚੇ ਵੀ ਬਹੁਤ ਬੈਠੇ ਆ, ਅਤੇ ਹੁਣ ਮੇਰਾ ਟਾਈਮ ਸਿਰਫ 5 ਮਿੰਟ ਆ। ਅੱਜ ਮੇਰੇ ਤੁਸੀਂ ਮੰਨੋਗੇ 2 ਪੇਪਰ ਆ, ਇੱਕ ਚੰਡੀਗੜ੍ਹ ਇੱਕ ਅੰਮ੍ਰਿਤਸਰ। ਮੈਂ ਚੰਡੀਗੜ੍ਹ ਵਾਲਾ ਕੈਂਸਲ ਕਰਤਾ, ਅਤੇ ਅੰਮ੍ਰਿਤਸਰ ਵਾਲਾ ਪੇਪਰ ਦੇਣ ਆਇਆ ਵਾਂ, ਕਿਉਂਕਿ ਮੈਂ ਨੇੜੇ ਸੀਗਾ, ਹੈ ਨਾ। ਪਰ ਇੱਕ ਚੀਜ਼ ਆ, ਫੀਸ ਮੇਰੀ 2 ਥਾਂ ਗਈ ਆ, ਪਰ ਪੇਪਰ ਮੈਂ 1 ਥਾਂ ਦੇ ਕੇ ਗਿਆ ਵਾਂ। ਅਤੇ ਚਲੋ ਹੁਣ ਗੱਡੀ ਲਾਉਣੇ ਸਾਈਡ 'ਤੇ, ਅਤੇ ਕੰਡੀਸ਼ਨ ਜਿਹੜੀਆਂ ਫੁਲਫਿਲ ਕਰਦੇ ਹਾਂ, ਅਤੇ ਫਿਰ ਮਿਲਦੇ ਹਾਂ। ਅਤੇ ਫਾਈਨਲੀ ਆਪਣਾ ਪੇਪਰ ਹੋ ਗਿਆ, ਅਤੇ ਹੁਣ ਆਪਾਂ ਇੱਥੋਂ ਕਾਰ ਮੋੜਦੇ ਹਾਂ, ਅਤੇ ਕੁਛ ਖਾਂਦੇ ਹਾਂ। ਭੁੱਖ ਬਹੁਤ ਲੱਗੀ ਆ ਬਾਈ, ਬਹੁਤ ਜ਼ਿਆਦਾ ਭੁੱਖ ਲੱਗੀ ਆ। ਅਤੇ ਚਲੋ ਇੱਥੋਂ ਮੋੜਦੇ ਹਾਂ, ਅਤੇ ਫਿਰ ਕੁਛ ਖਾਂਦੇ ਹਾਂ। ਪੇਪਰ ਬਹੁਤ ਘੈਂਟ ਹੋ ਗਿਆ, ਬਹੁਤ ਜ਼ਿਆਦਾ ਘੈਂਟ ਹੋ ਗਿਆ। ਵੇਟ, ਤੁਹਾਨੂੰ ਮੈਂ ਨਾਲੇ ਜਵਾਕ ਦਿਖਾਉਣਾ। ਬਹੁਤ ਜਵਾਕ ਆਇਆ ਬਾਬੇ, ਬਹੁਤ ਜ਼ਿਆਦਾ ਜਵਾਕ ਆਇਆ। ਰਸ਼ ਵੇਖੋ ਜੋ, ਬਹੁਤ ਰਸ਼ ਆ, ਬਹੁਤ ਜ਼ਿਆਦਾ ਰਸ਼ ਆ। ਇੱਧਰ ਵੀ ਸਾਰੀਆਂ ਕਾਰਾਂ ਖੜੀਆਂ। ਬਹੁਤ ਰਸ਼ ਆ ਬਾਬੇ, ਬਹੁਤ ਜ਼ਿਆਦਾ, ਬਹੁਤ ਜਵਾਕ ਆਏ। ਵੇਖਿਆ ਕਿੰਨਾ ਰਸ਼ ਸੀਗਾ, ਬਹੁਤ ਵਧੀਆ ਇਗਜ਼ਾਮ ਹੋ ਗਿਆ। ਬਾਕੀ ਮੈਂ ਵੀ ਅੱਜ ਕਰੋਨਾ ਹੈ ਨਹੀਂ ਗਾ, ਅੱਗੇ ਪਿੱਛੇ ਕਰੋਨਾ ਹੁੰਦਾ ਜਦੋਂ ਜਵਾਕ ਧੁੰਨ ਕੇ ਅੰਦਰ ਵਾੜੇ ਆ, ਹੈ ਨਾ। ਚਲੋ ਐਨੀਵੇ, ਅਤੇ ਹੁਣ ਆਪਾਂ ਇੱਥੋਂ ਬਾਹਰ ਨਿਕਲ ਗਏ, ਅਤੇ ਹੁਣ ਕੁਛ ਖਾਂਦੇ ਪੀਂਦੇ। ਭੁੱਖ ਬਹੁਤ ਜ਼ਿਆਦਾ ਲੱਗੀ ਆ, ਅਤੇ ਜੇ ਰਸਤੇ 'ਚ ਆਪਾਂ ਨੂੰ ਜੂਸ ਵੇਖਿਆ, ਤਾਂ ਆਪਾਂ ਪਹਿਲਾਂ ਜੂਸ ਪੀਵਾਂਗੇ, ਉਸ ਤੋਂ ਬਾਅਦ ਕੁਛ ਕਰਦੇ ਹਾਂ, ਠੀਕ ਆ, ਅਤੇ ਨਾਲੇ ਕੁਛ ਖਾਂਦੇ ਹਾਂ। ਅਤੇ ਚਲੋ ਤੁਹਾਨੂੰ ਮੈਂ ਮਿਲਦਾ ਵਾਂ ਰੁਕ ਕੇ। ਤਾਂ ਅੰਕਲ ਕੋਲ ਖੜ ਕੇ ਆਪਾਂ ਪੀਣ ਲੱਗੇ ਹਾਂ, ਬਹੁਤ ਦੇਰ ਬਾਅਦ ਬਣੇ ਦਾ ਵੇਖਿਆ ਅੰਕਲ। ਲੱਛਾ ਤਾਂ ਆਪਾਂ ਅੰਕਲ ਕੋਲ ਖਾਣ ਲੱਗਿਆ ਲੱਛਾ, ਅਤੇ ਤੁਸੀਂ ਵੇਖੋ ਟਾਈਮ ਲੈਪ, ਅਤੇ ਮੈਂ ਖਾ ਲਾ ਲੱਛਾ, ਬਹੁਤ ਟਾਈਮ ਬਾਅਦ ਖਾਣ ਲੱਗੇ। ਆਪਾਂ ਗੋਲੇ ਵਾਲਾ ਖਾ ਲਿਆ, ਬਹੁਤ ਜ਼ਿਆਦਾ ਸਵਾਦ ਸੀਗਾ। ਅਤੇ ਹੁਣ ਆਪਾਂ ਚੱਲਦੇ ਹਾਂ, ਵੇਖਦੇ ਜੇ ਖਾਂਦੇ ਹਾਂ ਰਸਤੇ ਦੇ ਵਿੱਚ, ਨਹੀਂ ਤਾਂ ਫਿਰ ਸਿੱਧਾ ਘਰ ਜਾ ਕੇ ਖਾਵਾਂਗੇ। ਤਾਂ ਓਕੇ ਦੋਸਤੋ, ਹੁਣ ਮਿਲਦੇ ਹਾਂ ਕੁਛ ਖਾ ਕੇ, ਜਾਂ ਖਾਂਦੇ ਹੋਏ, ਅਤੇ ਜਾਂ ਉਸ ਤੋਂ ਬਾਅਦ ਚੱਲਾਂਗੇ ਆਪਾਂ ਘਰੇ।
ਘਰੇ ਜਾ ਕੇ ਕੁਛ ਖਾਵਾਂਗੇ। ਪਹਿਲਾਂ ਤਾਂ ਦਿਲ ਕਰਦਾ ਵੀ ਪਹਿਲਾਂ ਰਸਤੇ 'ਚ ਕੁਛ ਖਾ ਲਾਂ, ਅਤੇ ਪਰ ਹੁਣ ਅੰਕਲ ਕੋਲ ਪੀਤਾ ਵਾ ਠੰਡਾ ਠੰਡਾ ਬਹੁਤ, ਇੱਕਦਮ ਤਾਂ ਮਜ਼ਾ ਆ ਗਿਆ ਮਜ਼ਾ। ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ। ਵੈਸੇ ਇੱਕ ਗੱਲ ਆ ਯਾਰ, ਸਰਕਾਰ ਨੇ ਨਾ ਫੁੱਦੂ ਬਣਾ ਤਾ, ਮੈਂ ਜੋ ਕੋਈ ਸਵਾਦ ਜਿਹਾ ਨਹੀਂ ਆਇਆ। ਚਲੋ ਵੇਖਦੇ ਹਾਂ ਰਸਤੇ 'ਚ, ਜੇ ਕੁਛ ਖਾਧੇ ਨਹੀਂ ਤਾਂ ਫਿਰ ਚੱਲਦੇ ਹਾਂ ਘਰੇ, ਤੁਹਾਨੂੰ ਮਿਲਦਾ ਘਰੇ ਜਾ ਕੇ। ਦੋਸਤੋ ਸਵੇਰ ਦੇ ਨਾ ਹਲੇ 10 ਵਜੇ ਆ, ਤੇ ਰਾਤ ਵਾਂਗੂ ਮੌਸਮ ਹੋ ਗਿਆ ਜਿੱਦਾਂ ਰਾਤ ਹੋ ਗਈ ਆ। ਦੇਖਿਓ ਤਾਂ, ਹਾਂਜੀ ਦੋਸਤੋ ਪੇਪਰ ਦੇ ਕੇ ਆਪਾਂ ਆ ਗਏ ਸੀ ਘਰੇ, ਅਤੇ ਆਉਂਦਿਆਂ ਸਾਰ ਜਿਹੜੇ ਨਾ ਨੀਂਦ ਇੰਨੀ ਕੁ ਜ਼ਿਆਦਾ ਆ ਗਈ ਸੀ, ਅਤੇ ਮੈਂ ਆ ਕੇ ਸੋ ਗਿਆ ਅਤੇ ਥੋੜ੍ਹੀ ਬਹੁਤੀ ਰੈਸਟ ਕੀਤੀ ਹੈ। ਅਤੇ ਹੁਣ ਸ਼ਾਮ ਦੇ ਟਾਈਮ ਹੋ ਗਿਆ 5:30 ਹੋ ਗਏ ਟਾਈਮ, ਅਤੇ ਉੱਠਿਆ ਅਤੇ ਹੁਣ ਮੈਂ ਥੋੜ੍ਹਾ ਜਿਹਾ ਟੂਰ ਕਰਾਉਣਾ ਆਪਣੇ, ਜਿੱਥੇ ਡੈਡੀ ਹੁਣੀ ਰਹਿੰਦੇ ਆ। ਅਤੇ ਆ ਜਾਓ, ਇੱਥੇ ਲੱਗੇ ਹੋਏ ਆ ਬੂ ਦਰਖਤ ਲੱਗੇ ਹੋਏ ਆ, ਉਹ ਆ ਵੇਖੋ ਤੁਹਾਨੂੰ ਇੱਕ ਜਗ੍ਹਾ ਵਾ ਹੋਣਾ। ਇੱਥੇ ਨਾ ਪਿਛਲੀ ਵਾਰੀ ਜਦੋਂ ਅਸੀਂ ਆਏ ਸੀਗੇ ਤਾਂ ਉਸ ਜਗ੍ਹਾ ਦੇ ਵਿੱਚ ਨਾ ਸੱਪ ਸੀਗੇ, ਅਤੇ ਇੱਥੇ ਕੰਧ ਦੇ ਉੱਤੇ ਫਿਰਦਾ ਸੀਗਾ, ਅਤੇ ਕਾਂ ਸੀ ਜਿਹੜੇ ਠੂੰਗਾ ਮਰੀ ਜਾਂਦੇ ਸੀਗੇ, ਅਤੇ ਉਸ ਤੋਂ ਬਾਅਦ ਨਾ ਇੱਧਰ ਗੁੱਠ 'ਚ ਆ ਗਿਆ ਸੀ, ਅਤੇ ਹੁਣ ਮੀਂਹ ਆਉਂਦੇ ਵਾ ਵਾ ਕਟਾਈ ਕਰਾਤੀ ਹੈ। ਅਤੇ ਮੰਮੀ ਬਣਾ ਰਹੇ ਆ, ਹੈਲੋ ਕਰ ਦਿਓ ਮੰਮੀ ਜੀ, ਕੀ ਹੋਇਆ? ਮੰਮੀ ਵੀ ਥੋੜ੍ਹੇ ਚੁੱਪ ਚਾਪ ਜੇ ਨੇ, ਸ਼ਾਇਦ ਗਰਮੀ ਲੱਗੀ ਜਾਂਦੀ ਰਸੋਈ 'ਚ ਨੇ। ਅਤੇ ਸਬਜ਼ੀ ਕਾਹਦੀ ਅੱਜ ਬਣਾ ਰਹੇ ਹੋ? ਹੈਂ, ਤਾਂ ਅੱਜ ਬਣ ਰਹੀ ਹੈ ਦਾਲ, ਅਤੇ ਇੱਧਰ ਆਪਣਾ ਬਿੱਲ ਰੱਖੋ। ਅਤੇ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ। ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ। ਬਾਏ।